अस्सलाम वालेकुम जी, की हाल चाल ने सारे दोस्तों के? ठीक ठाक हो, खैर खरीयत दे नाल हो, उम्मीद है सारे दोस्त ठीक होंगे। तो जिस तरह के सारे दोस्तों को पता है कि मैं हमेशा तो ही कबूतरबाजी के दोस्तों प्रमोट किया, उस शौक को प्रमोट किया, उस ब्रीड को प्रमोट किया जिन्हें अपना नाम मनवाया हो, और गुजरे हुए वक्त के तारीख का कोई ना कोई सुनहरी वाकया, कोई ना कोई सुनहरी किस्सा उन्होंने नाल जुड़िया हो। मेरी कोशिश होंगी है कि ऐसे प्लेयर नू, ऐसे लैजेंड नू जिहड़ा उस तुहाडे दोस्तां दे नाल मिलावां, और कोई ना कोई ऐसी चीज़, कोई ना कोई ऐसी गल तुहाडे दोस्तां नाल लाजमी शेयर करा जिद नाल तुहानू फायदा हो सके, जिद नाल तुहाडे शौक दे विच इजाफा हो सके। तो इस सिलसिले की एक कड़ी है कबूतर परवरी दे विच, लाहौर शहर का एक मैं समझदा कि इलम दा ज़खीरा ने। मेरी अरसा 14-15 साल तो इन्हों के नाल मुलाकात है, बड़े दरवेश सिफत इंसान ने, बड़ी मुहब्बत करते हैं, बड़ी ऑनर देंगे ने। शुजा भट अलमरूफ कौ भट के नाम तो दुनिया इन्हों जानती है। ज़्यादा देर आयल नहीं होवांगे, भट साहब ना गपशप लाने हैं, और इंशाल्लाह ताला ये एक ऐसा इंटरव्यू होएगा जिहड़ा कि लाहौर के शायकीन और गिरदो नवा के जितने भी दोस्त ने उन्होंने बहुत पसंद आएगा। अस्सलाम वालेकुम भट साहब जी। सर की हाल चाल ने? ठीक ठाक हो, खैर खैर। ਬਟ ਸਾਹਿਬ ਪਹਿਲੇ ਖਾਣਾ ਨਾ ਖਾ ਲਈ, ਇੱਥੇ ਮੀਆਂ ਲਾਲ ਬਟਨ ਦਬਾ, ਹਾਂ ਇੱਕ ਮਿੰਟ ਇੱਥੇ ਦਬਾਣਾ, ਦਵਾਈ ਲਾਲ ਦਬਾ ਇਹ ਜੀ। ਦੋਸਤੋ ਜ਼ਿਕਰ ਹੋ ਰਿਹਾ ਸੀ ਲਾਹੌਰ ਸ਼ਹਿਰ ਦੇ ਹਵਾਲੇ ਦੇ ਨਾਲ, ਬਟ ਸਾਹਿਬ ਦੇ ਕੋਲ ਜਦੋਂ ਵੀ ਆਈਏ ਕੋਈ ਅੱਲਾਹ ਤਾਲਾ ਨੇ ਇਹਨਾਂ ਦੇ ਅੰਦਰ ਇੱਕ ਖਾਸ ਕੁਆਲਿਟੀ ਪੈਦਾ ਕੀਤੀ ਹੈ ਕਿ ਮਹਿਮਾਨ ਨਵਾਜ਼ੀ ਜਿਹੜੀ ਹੈ ਉਹ ਇਬਾਦਤ ਸਮਝ ਕੇ ਕਰਦੇ। ਤੁਸੀਂ ਦੇਖਿਆ ਹੋਣਾ ਚੱਲਦੀ ਵੀਡੀਓ ਦੇ ਵਿੱਚ ਹੀ ਖਾਣਾ ਆ ਗਿਆ, ਤਾਂ ਉਹਨੇ ਕਿਹਾ ਪਹਿਲੇ ਖਾਣਾ ਖਾਣਾ ਫਿਰ ਅਗਲਾ ਕੋਈ ਕੰਮ ਕਰਨਾ। ਅਤੇ ਬੜਾ ਮੈਂ ਮਸ਼ਹੂਰ ਹਾਂ, ਅਤੇ ਸਾਰੇ ਦੋਸਤਾਂ ਨੂੰ ਪਤਾ ਕਿ ਬਟ ਸਾਹਿਬ ਦੀ ਜ਼ਰਾ ਸਿਹਤ ਵੀ ਠੀਕ ਨਹੀਂ ਸੀ। ਮੈਂ ਇੱਕ ਦਿਨ ਫੋਟੋ ਲਾ ਕੇ ਸਪੈਸ਼ਲ ਇਹਨਾਂ ਲਈ ਦੁਆ ਵੀ ਸਾਰੇ ਦੋਸਤਾਂ ਕੋਲ ਕਰਾਈ ਸੀ, ਅਤੇ ਅੱਜ ਮੇਰਾ ਇਤਫਾਕ ਨਾਲ ਲਾਹੌਰ ਚੱਕਰ ਲੱਗਾ ਅਤੇ ਮੈਂ ਬਟ ਸਾਹਿਬ ਨਾਲ ਫੋਨ ਕੀਤਾ। ਉਹਨਾਂ ਨੇ ਕਿਹਾ ਆਓ, ਅਤੇ ਬਟ ਸਾਹਿਬ ਮਾਸ਼ਾਅੱਲਾ ਮੈਨੂੰ ਅੱਗੇ ਨਾਲੋਂ ਜ਼ਿਆਦਾ ਫਿੱਟ ਲੱਗੇ, ਔਰ ਮੈਂ ਕਿਹਾ ਚਲੋ ਬਟ ਸਾਹਿਬ ਦੇ ਨਾਲ ਕੁਛ ਐਸੀ ਡਿਸਕਸ਼ਨ ਕਰੀਏ, ਕੋਈ ਐਸੀ ਗੁਫ਼ਤਗੂ ਕਰੀਏ ਜਿਹੜੀ ਕਿ ਤਾਰੀਖ ਦਾ ਹਿੱਸਾ ਬਣ ਜਾਏ, ਔਰ ਪੁਰਾਣੇ ਜਿਹੜੇ ਦੋਸਤ ਨੇ ਉਹਨਾਂ ਵਾਸਤੇ, ਔਰ ਜਿਹੜੇ ਕੁਛ ਨਵੇਂ ਸਾਡੇ ਨਾਲ ਸ਼ਾਮਿਲ ਹੋਏ ਨੇ ਉਹਨਾਂ ਵਾਸਤੇ ਕੋਈ ਤਾਰੀਖ ਦੇ ਹਵਾਲੇ ਨਾਲ, ਕੋਈ ਪੁਰਾਣੇ ਕਬੂਤਰਾਂ ਦੇ ਹਵਾਲੇ ਨਾਲ ਕੋਈ ਮਜ਼ੇਦਾਰ, ਕੋਈ ਨੌਲੇਜ ਵਾਲੀ ਗੁਫ਼ਤਗੂ ਹੋਵੇ। ਬਟ ਸਾਹਿਬ ਵੱਲ ਕੈਮਰਾ ਕਰਦੇ, ਸ਼ਾਨੀ ਭਾਈ ਕਰੋ ਜ਼ਰਾ। ਅਸਲਾਮ ਵਾਲੇਕੁਮ ਬਟ ਸਾਹਿਬ। ਵਾਲੇਕੁਮ। ਕੀ ਹਾਲ ਚਾਲ ਨੇ ਜੀ? ਠੀਕ ਅਲਹਮਦੁਲਿਲਾ ਠੀਕ। ਬਟ ਸਾਹਿਬ ਕਿੰਨੀ ਦੇਰ ਤੋਂ ਤੁਸੀਂ ਸ਼ੌਕ ਕਰ ਰਹੇ? 53-54 66-67। ਅੱਛਾ, ਅਤੇ ਬਾਕਾਇਦਾ ਤੁਸੀਂ ਉਸਤਾਦੀ ਸ਼ਗਿਰਦੀ ਵੀ ਕੀਤੀ? ਬਿਲਕੁਲ ਸਰ। ਮੈਂ ਬਹੁਤ ਬੰਦਾ ਪਾਕਿਸਤਾਨ ਦੀ ਤਰੀਕ ਹੀ ਬੋਲ ਦੁਨੀਆ ਦੀ ਤਰੀਕ 'ਚ ਹੋਵਾਂਗਾ ਜਿਹੜਾ 37 ਸਾਲ ਸ਼ਗਿਰਦ ਰਿਹਾ। 37 ਸਾਲ ਬਾਅਦ ਉਸਤਾਦ। ਸੁਰੱਈਆ ਕਬੂਤਰੀ ਉੱਡੀ ਸਰ 55 ਸਾਲ ਪਹਿਲੇ, ਉਹ ਮਾਲ ਤੇ ਬਹੁਤ ਉੱਡੇ ਉਹਦੇ ਕਬੂਤਰ ਉਸ ਟਾਈਮ ਤੇ। ਅਲਹਮਦੁਲਿਲਾ ਸਾਡੀ ਸ਼ਗਿਰਦੀ ਕੀਤੀ, ਪਰ 37 ਸਾਲ ਬਾਅਦ ਉਹਦੇ ਕੋਲ ਸਾਲ ਹੋਏ ਠੀਕ ਹੋ ਗਿਆ। ਅਤੇ ਕਬੂਤਰਾਂ ਦਾ ਕਿੱਥੋਂ ਤੁਹਾਨੂੰ ਸ਼ੌਕ ਪੈ ਗਿਆ? ਤੁਸੀਂ ਕਬੂਤਰ ਇੱਕ ਐਡੀ ਪੜ੍ਹੀ ਲਿਖੀ ਫੈਮਿਲੀ ਔਰ ਐਡਾ ਲੰਬਾ ਚੌੜਾ ਸਿਲਸਿਲਾ, ਅਤੇ ਕਬੂਤਰਾਂ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਆ ਗਏ? ਬਚਪਨ 'ਚ ਬਸ ਅਸੀਂ ਕੋਈ 7-8 ਸਾਲਾਂ ਦੇ ਹੋਵਾਂਗੇ, 9ਵਾਂ ਦੇ ਹੋਵਾਂਗੇ। ਮੇਰੇ ਭਾਈ ਨੂੰ ਸ਼ੌਕ ਸੀ, ਉਹ ਫਿਲਮੀ ਹੀਰੋ ਵੀ ਰਿਹਾ। ਕੀ ਨਾਂ ਉਹਨਾਂ ਦਾ? ਉਮਰ ਫਿਰੋਜ਼ ਨਾਂ ਫਿਲਮੀ ਸੀ, ਜਵੇਦ ਭੱਟ ਨਾਂ ਸੀ, 2-3 ਫਿਲਮਾਂ ਵੀ ਬਣਾਈਆਂ ਸੀ ਚਾਚੀ। ਅੱਛਾ। ਅਤੇ ਉਹਨੂੰ ਸ਼ੌਕ ਸੀ, ਮੁੜ ਕੇ ਉਹਨੇ ਛੱਡਤਾ, ਸਾਨੂੰ ਨਹੀਂ ਛੁੱਟਿਆ। ਅਤੇ ਤੁਹਾਡੇ ਵਾਲਦ ਸਾਹਿਬ ਨੇ ਤੁਹਾਨੂੰ ਮਨਾ ਨਹੀਂ ਕੀਤਾ? ਬਹੁਤ ਮਾਰਦੇ ਸੀ ਸਾਨੂੰ ਬਚਪਨ 'ਚ, ਬਹੁਤ ਮਨਾ ਕਰਦੇ ਸੀ। ਅੱਛਾ। ਬਹੁਤ ਮਨਾ ਕਰਦੇ ਸੀ, ਬਹੁਤ ਪਹਿਲੇ ਤਾਂ ਸ਼ੌਕ ਨੂੰ ਇਤਨਾ ਬੁਰਾ ਸਮਝਦੇ ਸੀ, ਉਹ ਕਹਿੰਦੇ ਸੀ ਤੁਹਾਡਾ ਤਾਂ ਵਿਆਹ ਨਹੀਂ ਹੋਣਾ, ਤੁਹਾਡੇ ਭੈਣ ਭਰਾਵਾਂ ਦਾ ਵੀ ਨਹੀਂ ਹੋਣਾ। ਮੇਰਾ ਸਮਝਿਆ ਜਾਂਦਾ ਜਿਸ ਘਰ ਕਬੂਤਰ ਹੁੰਦੇ ਸੀ ਨਾ 50 ਸਾਲ ਪਹਿਲੇ, ਉਸ ਘਰ ਮੇਰਾ ਸਮਝਿਆ ਜਾਂਦਾ ਸੀ ਕਿ ਇਹ ਕਬੂਤਰ ਬਾਲ। ਲੇਕਿਨ ਬਟ ਸਾਹਿਬ ਮਤਲਬ ਤੁਹਾਡੇ ਵਾਲਦ ਸਾਹਿਬ ਔਰ ਤੁਹਾਡੀ ਫੈਮਿਲੀ ਦਾ ਸਾਰਾ ਜਿਹੜਾ ਸਿਲਸਿਲਾ ਸਰਕਲ ਸੀ, ਕਬੂਤਰ ਸਟਾਰਟ ਕਿੱਥੋਂ ਹੋਏ? ਪਹਿਲਾ ਜੋੜਾ ਕਿਸ ਤਰ੍ਹਾਂ ਆ ਗਿਆ? ਕੋਈ ਸਟੋਰੀ, ਕੋਈ ਮਤਲਬ ਜਿੱਥੋਂ ਤੁਸੀਂ ਕਬੂਤਰ ਪਹਿਲੀ ਦਫ਼ਾ ਘਰ ਆਵੇ? ਨਹੀਂ ਜ਼ਹਿਨ ਭਾਈ ਹੈ, ਛੋਟੇ ਛੋਟੇ ਸਾਂ ਉਦੋਂ 8-12 ਦਾ ਕਬੂਤਰ ਸੀ, 71-70 ਦੀ ਗੱਲ ਕਰ ਰਿਹਾ। ਅਤੇ ਕੱਲ੍ਹ ਹੈਗੀ ਸਭ ਤੋਂ ਪਹਿਲੇ ਤਾਂ ਕਬੂਤਰ ਬਾਜ਼ਾਰ ਨੂੰ ਮੈਂ ਕੁਛ ਥੋੜ੍ਹੀ ਜਿਹੀ ਨਸੀਹਤ ਕਰਾਂਗਾ ਜਾਂ ਐਡਵਾਈਸ ਕਰਾਂਗਾ, ਇਹ ਨਾ ਸਮਝਣ ਕੇ ਮੰਗਾ। ਮੈਂ ਹਰ ਗੱਲ ਜਿਹੜੀ ਕਰ ਰਿਹਾ ਮੇਰੀ ਜੇਬ ਦੇ ਬੰਦੇ ਲਿਖ ਲਓ, ਟੇਪ ਕਰ ਲਓ,
मेहमान कुरान से कर झूठ नहीं बोले कबूतरबाजी कबूतरबाजी से झूठ मैं वैसे भी नहीं बोलता क्योंकि हो सकता मैं बचपन से मैंने कोई नसीहत हुई हो किसी चीज़ किसी ने एडवाइस किया हो गॉड गिफ्ट ही है क्योंकि मेरा बाप सच्चा आदमी से वो यो कहता बेटा झूठ नहीं बोलना तो आप सरकार ने भी एक लफ्ज़ किया है कि झूठ बोलो हमारा उमती नहीं है मैं झूठ नहीं बोलता जोड़ा कबूतर आता जिरे है जो भी उस गल हैगी है एक इनसाइक्लोपीडिया है इलम का जखीरा जिन्होंने नाम नहीं लिया इंग्लिश इनसाइक्लोपीडिया ये बराने ने जी मैं चलना सर गल अगे लैके चलते हैं मैनू ये दसो तुम लाहौर के मतलब 40-45 साल तो प्रॉपर तरीके अपने कबूतर के नाल मुंसलिक हो और लाहौर का मेरा नहीं ख्याल कि कोई लाहौर का या पाकिस्तान का कोई नॉमीनेट बंदा ऐसा हो जो कबूतरबाज हो तो तुम जानता ना हो yes, बिल्कुल। सब लोग तो जानते हैं तो मैं एक चीज़ देख के बड़ी हैरान हाँ कि लाहौर शहर के जितने हर दूसरे तीसरे घर टैडी कबूतर ने लाल अखा के कबूतर ने कसूरी कबूतर ने होर मुख्तलिफ कबूतर ने मैनू लाहौर के ऐसा वाहत घर तुहाडा नज़र आया जिन्हें कोल सियालकोटी कबूतर नहीं टैडी बहुत अच्छे कबूतर लेकिन कलाकार किसी की कापी नहीं करता ये सारे नाम बेचते हैं क्या बात मैं पढ़िया लिखे आदमी हाँ मैं देखो मैं सवाल जो हो मैं नाम मैनशन नहीं करता बहुत अच्छी वो इसलिए नहीं कर रहा मैंने उन्होंने डैडी कहा मैं क्या इन्होंने भी दस गली मेरे वाले ने भी दस गली ते भी दो बादू ने मेरे भी दो बादू ने या तो इन्होंने 14 गली उडना तो परा ना लिए ना दस बगलों ने 10 बार देने मेरे भी उ पर तो मैं अपने से मेहनत कर मेरे बच्चे मेहनत करेंगे वो भी टॉप करेंगे सी एस एस भी कर जाएंगे मैं अपने बच्चे ना ही प्यार है ऐ निकल टैडी बहुत अच्छे कबूतर हो लेकिन उन्होंने मुबारक होने क्योंकि कलाकार दिलीप कुमार किसी ने कहा तुम कापी कर दो कहते मैंने गोली मार दे यार ऐ लफ़ज़ ना कह कलाकार किसी की कापी नहीं गाया सब कापियां कर दे तो कहने का मकसद है कि मैं गल हैगी कि मैं सियालकोटिया नहीं सियालकोटिया का मैं बहुत शौक थी क्योंकि सियालकोटिया के कबूतर बारे मैं कवाओ तो बहुत लंबा चला जाएगा लाल लखाना भी मैं इंटरव्यू में जो 21 साल पहले किताब से लाया लाल लखाने बारे च सारे नहीं चंगे होंगे सारे चंगे होंगे चार जोड़े रखी ना फिर 4,000 जोड़ा कल ही रखे है 4,000 3,000 बच्चा क्यों चढ़ सारे सारे नहीं चंगे बड़ा लंबा जहा खिलारा है मेहनत करनिया पैदा फिर वह जे सिस्टम रखने पैदे ने फिर रख रहा फिर मेहनत फिर सिस्टम फिर जाके फिर या किस्मत जा नसीब जिस तरह सी एस एस कर ली बंदा 26-27 साल पढ़ता है फिर या किस्मत जा नसीब अच्छा व्हाट्सएप एक होर गल इन्हों कबूतर ने की ऐसा तुम कुछ डिफरेंट करके दिखाया कि तुम क्या रखने तो यही रखने सर 2003 च मेरा एक दोस्त ही असद बट पप्पू गुजराने का उन्हें को गुजरात के बंदा से हाफज गुलाम रसूल मौली साहब मैं सियालकोटी मेरे को पहले भी कबूतर ने 50 साल पहले मैं गला ने और कबूतर ने बड़ा मुतासर किया वो असली के वो एक मादिया कोई गुजराले उड़िया सी दो मादिया वैष्णा अच्छा नागा कोई नहीं सी सारा ग्रुप लाहौर वाले भी होर भी कसूर वाले भी गए हुए थे उत्थे पांच मादियां मुड़ियां एक मादी वो मन लॉस कर गई हैं वो दोवें मादियां बगैर नागा तो 6-7 बजे बैठी 43-42-44 गर्मी नागा नहीं किनिया फड़का पांच फड़का जैस मैं उन्होंने को फिर जाके तस्दीक किया गुजराले मैं मन ही पुरानी उन्होंने को पूछा किस तरह तुझे पूछे मतलब जो उन्होंने गल्ला की मेरा दिमाग च पील नहीं करती मैं यार नागा भी नहीं गा उस कबूतर बाद बोलते झूठ ने नलाम घाट भी सवाल हो जाए तो कहने का मकसद है कि मैं उन्होंने फिर मानी कुरानी पूछा फिर मैं गुजराले तस्दीक किया फिर वो अजी सी वाकई उड़ी है वो फिर मैं और को वैशी कबूतर लिता फिर मैं मानी कुरानी कह सकना और आ रहा है बच्चे जेड़ से अगले दिन बैठे मैं मान कुरान इस फोटो हॉल ही कराऊ वाह जिसे एक दिता वो क्या बात छा दूसरा दे मेहनत चंगी नहीं हुंदी किसी दी अपनी मेहनत नूं नहीं देखदा वो तुहाडे कबूतरों नूं कीड़े पा दिंदा लोकां नूं पता ही कुछ नहीं गा जनाब देखो फिर कबूतर फाल्ट वाले कबूतर नहीं रखने
ਮੇਰੇ ਕੋਲ ਆ ਕੇ ਬੈਠ ਕੇ ਦੇਖ ਲੈਣ ਮੇਰੇ ਕਬੂਤਰ, ਜੇ ਕੋਈ ਪੀਨਾ ਹੈਗਾ ਤਾਂ ਗੱਡ ਕੇ ਬਾਹਰ ਛੱਡ ਦੇ। ਅੱਛਾ, ਪੀਨਾ ਨਹੀਂ ਹੋਣਾ ਚਾਹੀਦਾ। ਨਾ ਸਰ, ਤੁਹਾਡੀ ਬੁੱਢੀ ਸੋਹਣੀ ਨੀਗੀ, ਤੁਸੀਂ ਘਰ ਨਹੀਂ ਆਉਣਾ ਰਾਤ ਨੂੰ। ਠੀਕ ਹੋ ਗਿਆ, ਮੈਂ ਕਬੂਤਰ ਬਾਦਲ ਨੂੰ ਕਹਿੰਦਾ ਜਿਹਦੀ ਬੀਵੀ ਖੂਬਸੂਰਤ ਨੇ ਉਹ ਰਾਤੀ ਘਰ ਨਹੀਂ ਆਉਂਦਾ। ਇਹ ਖੂਬਸੂਰਤ ਬਣਾਉਣੇ ਨੇ, ਸਹੀ, ਇਹ ਖੂਬਸੂਰਤ ਬਣਾਉਣੇ ਨੇ ਤੁਸੀਂ। ਕੋਈ ਨਰ ਹੀ ਜਿਹੜੀ ਦੇਖੋ, ਨਰ ਦਾ ਖੂਬਸੂਰਤੀ ਨਾ ਐਡਾ ਚੰਗਾ ਨਹੀਂ ਹੈਗਾ ਜਿੱਡਾ ਮਾਦੀ ਦਾ ਹੈਗਾ। ਯੈਸ, ਨਰ ਜਣਾ ਹੋਵੇ ਛੋਟੀ ਕਬੂਤਰ ਉੱਡਦੇ ਨੇ, ਲੇਕਿਨ ਉਹ ਬਹੁਤ ਵਧੀਆ। ਉਹ ਫਿਰ ਉਹਨਾਂ ਨਾਲ ਮਾਦੀ ਤੁਸੀਂ ਖੂਬਸੂਰਤ ਲਾਓ ਨਾ, ਬੈਲੈਂਸ ਮੈਨੂਫੈਕਚਰਿੰਗ ਕਰੋ। ਹਾਂ ਯੈਸ, ਉਹ ਮਾਦੀ ਫੀਨੀ ਨਾ ਲਾਓ, ਫਿਰ ਮੇਰੇ ਤੋਂ ਵੱਡੇ ਨਗ ਬਣ ਜਾਣਗੇ ਜੀ। ਮਾਦੀ ਐਸੀ ਮਿਸਾਲ ਹੈ ਪੰਜਾਬ ਦੇ ਵਿਚ ਜਿਥੇ ਤੁਹਾਡੇ ਕਬੂਤਰਾਂ ਨੇ ਤੁਹਾਡੀ ਮਨਸ਼ਾ ਦੇ ਮੁਤਾਬਕ ਰਿਜ਼ਲਟ ਦਿੱਤਾ ਹੋ? ਸਰ ਇੱਥੇ ਮੋਇਨਵਾਸ ਕੋਲ ਪੁੱਛ ਲਓ, ਹਾਜੀ ਅਹਿਮਦ ਘੁੰਮਣ ਸਾਹਿਬ। ਹਾਂ ਯੈਸ, ਅਹਿਮਦ ਮਾਨ ਕੋ ਪੁੱਛ ਲਓ, ਰਾਜਾ ਕਾਕੇ ਕੋ ਪੁੱਛ ਲਓ, ਮਨੀ ਕਰਾਂ ਨੇ ਪੁੱਛ ਲਓ, ਸ਼ਿਵਰਾਤੀ ਉਹਦੇ ਕੋਲ ਬੈਠਾ ਗੱਡੀ ਜਿੱਤੀ, ਮੈਨੂੰ ਉਹਨਾਂ ਨੇ ਬੁਲਾਇਆ। ਅਹਿਮਦ ਮਾਨ ਸਾਹਿਬ ਉਹ ਤੇ ਮੇਰੇ ਵੱਡੇ ਭਾਈ ਨੇ, ਉਹਨਾਂ ਨੂੰ ਪੁੱਛ ਲਓ, ਮੋਹਿਨ ਨੂੰ ਪੁੱਛ ਲਓ, ਸਿਆਲਕੋਟੋਂ ਪੁੱਛ ਲਓ, ਲਾਹੌਰੋਂ ਪੁੱਛ ਲਓ। ਇਹ ਐਵੇਂ ਤਰੀਫਾਂ ਅੱਛੀ ਨਹੀਂ ਹੈਗੀਆਂ ਯਾਰ, ਇਹ ਤਰੀਫ ਮੈਂ ਨਹੀਂ ਪਸੰਦ ਕਰਦਾ ਕਿ ਮੈਂ ਆਪਣੀਆਂ ਤਰੀਫਾਂ। ਨਹੀਂ, ਬਹੁਤ ਅੱਛੀ ਗੱਲ ਹੈ। ਮੈਂ ਦੇਖ ਕੇ ਨਾਲ ਸਫਰੁੱਲਾ ਮਿਆਜ਼ੀ ਵਾਲਾ ਬੰਦਾ, ਮੈਨੂੰ ਇੰਟਰਵਿਊ 'ਚ ਵੀ ਪੁੱਛਿਆ ਗਿਆ ਕਿ ਦਫ਼ਾ ਕਿ ਤੁਹਾਡੇ ਕਾਫੀ ਜਗ੍ਹਾ ਦੇ ਬੱਚੇ ਬੜੇ ਨੰਬਰ ਵਨ ਆਏ, ਵਜ੍ਹਾ ਮੈਂ ਕਿਹਾ ਯਾਰ ਮੈਂ ਦੇਖ ਕੇ ਤੂੰ ਆਹ ਕਰ ਲਾਂ। ਅਸੀਂ ਤਕੱਬਰ ਅੱਲਾ ਨੂੰ ਨਹੀਂ ਪਸੰਦ ਹੈਗਾ, ਮੈਂ ਬੜੇ ਅੱਛੇ ਕਬੂਤਰ ਨੇ ਲੋਕਾਂ ਕੋਲ, ਉਹ ਮੇਰੇ ਕੋਲ ਵੀ ਅੱਛੇ ਹੋਣਗੇ ਸਰ ਅੱਲਾ ਤਾਲਾ, ਲੇਕਿਨ ਮੈਂ ਕਾਪੀ ਨਹੀਂ ਕਰਦਾ, ਰੱਖੇ ਮੈਂ ਡੈਡੀ ਵੀ ਰੱਖੇ ਲਿਆ ਕੇ, ਮੈਂ ਉਹ ਸ਼ੌਕ ਸਰ ਲਾਲ ਅੱਖਾਂ ਦੇ ਵੀ ਮੈਂ ਕਵਤਾਰ 'ਚ ਲਿਖਾਇਆ ਸੀ, ਲਾਲ ਅੱਖਾਂ ਤੋਂ ਬਗੈਰ ਕਬੂਤਰ ਬਦੀ ਨਹੀਂ, ਕਿਉਂਕਿ ਉਹ ਨੂਰੀ ਦਾ ਇੱਕ ਡਾਇਲੋਗ ਸੀ ਬੁਲੇ ਜੱਟ ਜੀ, ਉਹਨੇ ਕਿਹਾ ਨੂਰੀ ਦੀ ਅੱਖ ਪਹਿਲੀ ਦਫ਼ਾ ਲਾਲ ਦੇਖੀ, ਅੱਜ ਲੱਗਦਾ ਕਿਸੇ ਦੀ ਨਸਲ ਉੱਡੀ, ਗਰਮੀ ਖੋ ਰਹੇ ਕਬੂਤਰ ਜਲਦੀ ਉੱਡਦੇ ਨੇ, ਇਹ ਤੇਰਾ ਥੋੜ੍ਹਾ ਜਿਹਾ ਬਰਾਣਾ ਇਹਨਾਂ ਨੂੰ। ਬੜੀ ਗੱਲ ਹੈ, ਇਹ 21 ਸਾਲ ਪਹਿਲੇ ਮੈਂ ਕਿਤਾਬ ਜਿਹਾ ਲਫ਼ਜ਼ ਆ ਗਿਆ ਸਾਂ। ਅੱਛਾ ਅੱਛਾ, ਦੂਸਰੇ ਨੰਬਰ ਦੇ ਉੱਤੇ ਉਸਤਾਦ ਜੀ, ਮੈਂ ਇੱਕ ਗੱਲ ਇਹ ਤੁਹਾਨੂੰ ਪੁੱਛਾਂਗਾ ਕਿ ਤੁਹਾਡਾ ਕਬੂਤਰ ਬਾਜ਼ੀ ਦੇ ਵਿੱਚ ਆਈਡੀਅਲ ਸ਼ਖਸੀਅਤ ਕਿਹੜੀ ਹੈ ਜਿਹਨੂੰ ਤੁਸੀਂ ਮੰਨਦੇ ਹੋ? ਗੋਗੀ ਭੱਟ। ਗੋਗੀ ਭੱਟ ਸਾਹਿਬ, ਕਿਆ ਬਾਤ। ਅੱਛਾ, ਕੀ ਵਜ੍ਹਾ ਉਹਨਾਂ ਦੀ ਆਈਡੀਅਲ ਹੋਣ ਦੀ? As an insan, he is a very nice man. Achha, he is a great man. Aisa Allah ne izzat di ho te addi ajzi hove bande ji. Kya? Ke har bande nu oh chukke milda. Badi gall. He is a nice person. Te aur ik mera bhai hai. Tiffy Bhatt sir. Achha ji. Gubbi Bhatt sir de bade bhai ne. Main I been the ideal shakhsiyat. Dono todi ideal shakhsiyat. Masha Allah. Zabardast. ਉਹਨੂੰ ਮੈਂ ਦਾਦਾ ਠਾਕੁਰ ਕਹਿੰਦਾ, ਦੋਵੇਂ ਗੋਗੀ ਭੱਟ ਸਾਹਿਬ ਤੇ ਦਾਦਾ ਠਾਕੁਰ। ਠੀਕ ਹੋ ਗਿਆ, ਤੀਜੀ ਭੱਟ ਸਾਹਿਬ ਨੂੰ ਦਾਦਾ ਠਾਕੁਰ। ਅੱਛਾ ਸਰ, ਮੈਂ ਇੱਕ ਗੱਲ ਹੋਰ ਪੁੱਛਾਂਗਾ, ਦੇਖੋ ਇਹ ਕੋਈ ਮਾਂ ਦੇ ਪੇਟ 'ਚੋਂ ਤਾਂ ਕੋਈ ਬੰਦਾ ਸਿੱਖ ਕੇ ਨਹੀਂ ਆਉਂਦਾ, ਦੁਨੀਆ ਸਿਖਾਉਂਦੀ। ਹਾਂਜੀ, ਤਾਂ ਕਬੂਤਰ ਦੀ ਜਿਹੜੀ ਸ਼ਨਾਖਤ ਹੈ, ਮਤਲਬ ਉਹ ਤੁਸੀਂ ਕਿੱਥੋਂ ਸਿੱਖੀ? ਪੜ੍ਹ ਪੜ੍ਹ ਕੇ। ਕੀ ਪੜ੍ਹਿਆ ਤੁਸੀਂ? ਖੁੱਡੀਆਂ ਕੋਲ ਹੀ ਬੈਠਾ ਨੇ ਤਰਵੀਆ ਸਰ। ਅੱਛਾ ਜੀ, ਮੈਂ ਰੰਗ ਪਿੰਡ ਕੋਲ ਥੋੜ੍ਹੀ ਬਰੀ ਵੀ ਚਾਹੀਦਾ ਅੱਛਾ, ਹੁਣ ਇੱਕ ਮਤਲਬ ਸਾਡੇ ਦੋਸਤ ਨੇ ਨਾਲ ਦੇਖਦੇ ਨੇ ਕਬੂਤਰਾਂ ਦੇ ਪਰਾਂ ਦੇ ਉੱਤੇ ਥੋੜਾ ਜਿਹਾ ਦੋ ਤਿੰਨ ਚਾਰ ਚੀਜ਼ਾਂ ਤੇ ਡਿਸਕਸ ਅਸੀਂ ਕਰਨੀ ਹੈ। ਬਸ ਸਭ ਤੋਂ ਪਹਿਲੇ ਆ ਜਾਂਦੇ ਅਸੀਂ ਕਬੂਤਰਾਂ ਦੇ ਪਰਾਂ ਦੇ ਉੱਪਰ। ਬਸ ਤੇ ਪਰਾਂ ਨੂੰ ਤੁਸੀਂ ਕਿੰਨੀ ਅਹਿਮੀਅਤ ਦਿੰਦੇ ਹੋ? ਪਹਿਲਾ ਨੰਬਰ। ਪਹਿਲਾ ਨੰਬਰ, ਪਹਿਲਾ ਨੰਬਰ, ਦੂਸਰਾ ਨੰਬਰ, ਤੀਸਰਾ ਨੰਬਰ, ਤੀਸਰਾ ਨੰਬਰ ਉਹ ਬਾਅਦ ਚ ਹੈਗਾ, ਉੱਡਣ ਨਹੀਂ ਚਾਹੀਦਾ ਦੋ ਚੀਜ਼ ਪਰ ਔਰ ਵਜੂਦ। ਵਜੂਦ ਆਈਡੀਅਲ ਜਿਹੜਾ ਹੈ ਉਹ ਤੁਹਾਡੇ ਮੁਤਾਬਕ ਕਿੰਨਾ ਹੋਣਾ ਚਾਹੀਦਾ? ਨਹੀਂ, ਉਹ ਤੁਹਾਡੀ ਰੱਖ ਰਖਾਅ ਤੇ ਡਿਪੈਂਡ ਕਰਦਾ, ਇੱਕ ਬੱਚਾ ਹੀ ਮਾੜਾ ਪਲਿਆ ਹੈ, ਦੇਖੋ ਮੈਂ ਕਬੂਤਰ ਵਾਲਾ ਗੱਲਾਂ ਸਿੱਖ ਲੈਣਾ, ਵਜੂਦ ਦਾ ਤਲਕ ਦੇਖੋ ਬੜਾ ਲੰਬੀ ਬਹਿਸ ਹੋ ਜਾਏਗੀ, ਇਹ ਤੁਹਾਡਾ ਬੱਚਾ ਤਗੜਾ ਪਲਿਆ ਉਹਦਾ ਵਜੂਦ ਹੀ ਹੋ ਰਿਹਾ। ਯੈਸ, ਸਹੀ ਕਹਿ ਰਹੇ ਹੋ। ਹਾਂ ਯੈਸ, ਇਹ ਕਮਜ਼ੋਰ ਬੱਚੇ ਦਾ ਵਜੂਦ ਨਹੀਂ, ਉਹ ਨਹੀ�ਂ ਹੋਏਗਾ, ਉਹ ਹੀ ਮਾਂ ਬਾਪ। ਅੱਛਾ ਜੀ, ਕਮਜ਼ੋਰ ਨੂੰ ਅਸੀਂ ਛੱਡ ਦਿੰਦੇ ਹਾਂ ਪਿੱਛੇ,
ਜਿਹੜਾ ਮੁਕੰਮਲ ਬਲਿਆ ਉਹਦੀ ਕੀ ਹੱਡੀ ਹੋਣੀ ਚਾਹੀਦੀ ਕੋਈ ਆਪਣੀ ਨਾਲੇ ਦੀ ਗੱਲ ਉਹ ਤੁਹਾਨੂੰ ਵੱਖਰੇ ਨਜ਼ਰ ਆਇਓ ਉਹ ਤੁਹਾਨੂੰ ਦੇਖੋ 8 ਪਾਉਂਡ ਦਾ ਬੱਚਾ ਕਿ 4 ਪਾਉਂਡ ਦਾ ਬੱਚਾ ਤੁਹਾਨੂੰ ਇੱਕ ਨਿਓਲੇ ਮੂੰਹ ਆਏ ਗੰਨ ਗੋਲ ਮਡੋਲ ਹੈ ਤੁਹਾਡਾ ਵੈਸੇ ਵੀ ਚੰਗਾ ਲੱਗਿਆ ਦਿਲ ਕੇ ਤੁਹਾਨੂੰ ਪਿਆਰ ਹਾਂ ਸਹੀ ਗੱਲ ਇਸ ਤਰ੍ਹਾਂ ਹੀ ਤੇ ਜੋੜਾ ਲਾਉਣ ਲੱਗਿਆਂ ਕਿਹੜੀਆਂ ਦੋ ਤਿੰਨ ਇੱਕ ਦੋ ਚੀਜ਼ਾਂ ਐਸੀਆਂ ਨੇ ਜਿਹੜੀਆਂ ਕੋਈ ਬੰਦੇ ਨੂੰ ਫੋਲੋ ਕਰਨੀਆਂ ਚਾਹੀਦੀਆਂ ਨੇ ਕਿਉਂਕਿ ਸਾਰੇ ਦੋਸਤ ਸਾਰੀ ਦੁਨੀਆ ਨੇ ਯੂਟਿਊਬ 'ਤੇ ਗੂਗਲ 'ਤੇ ਫੇਸਬੁੱਕ 'ਤੇ ਇਹ ਰਿਕਾਰਡ ਰਹਿਣਾ ਅਤੇ ਕੋਈ ਐਸੀ ਵੀ ਗੱਲ ਹੋਣੀ ਚਾਹੀਦੀ ਹੈ ਜਿਹਦੇ ਨਾਲ ਦੀਏ ਨਾ ਦੀਆ ਜਲ ਸਕੇ ਕੋਈ ਤੁਹਾਡੀ ਗੱਲ ਸਿੱਖੇ ਸਮਝੇ ਉੱਤੇ ਅਮਲ ਕਰੇ ਤਾਂ ਉਦੋਂ ਫਾਇਦਾ ਹੋਵੇ ਸਰ ਦੇਖੋ ਜੋੜਾ ਲਾਉਣ ਲੱਗਿਆਂ ਸਭ ਤੋਂ ਪਹਿਲੀ ਚੀਜ਼ ਕੀ ਦੇਖਣੀ ਚਾਹੀਦੀ ਤੁਹਾਡੇ ਮੁਤਾਬਕ ਦੇਖੋ ਮੇਰੇ ਕੋਲ ਮੈਪ ਜ਼ਿਆਦਾਤਰ ਇੱਕ ਪਲੇਨ ਰੱਖਾ ਦੇ ਕਬੂਤਰ ਅੱਛਾ ਜੀ ਉਹਨਾਂ ਨੂੰ ਅਸੀਂ ਚੂਹਿਆਂ ਨਾਲ ਜਾਂ ਲਾਲ ਅੱਖਾਂ ਨਾਲ ਤੁਸੀਂ ਚੱਕ ਮਗਰਾਂ ਨਾਲ ਕਰੋਸ ਕਰਾਓਗੇ ਅੱਛਾ ਰਿਜ਼ਲਟ ਆਏਗਾ ਜੀ ਮਤਲਬ ਤੁਸੀਂ ਅੱਖ 'ਚ ਬ੍ਰਾਈਟਨੈਸ ਪੈਦਾ ਕਰਨੀ ਹੈ ਇਹ ਬੜਾ ਲੰਮਾ ਪੀਰੀਅਡ ਹੈ ਨਹੀਂ ਆਉਣਾ ਯਾਰ ਇੰਨੇ ਵੀ ਇੰਟਰਵਿਊ 'ਚ ਨਹੀਂ ਮੈਨੂੰ ਸ਼ਾਰਟ ਤੁਸੀਂ ਦੱਸ ਦਿਓ ਹਾਂ ਜੋੜਾ ਲਾਉਣ ਲੱਗਿਆ ਦਰਵਾਜ਼ਾ ਖੁੱਲ੍ਹਾ ਸੀ ਮੈਂ ਉੱਤੇ ਆਇਆ ਪੌੜੀਆਂ ਦੇ ਰਸਤੇ ਜੋੜਾ ਲਾਉਣਾ ਪਹਿਲਾ ਰਸਤਾ ਕਿਹੜਾ ਹੈ ਉੱਤੇ ਆਉਣ ਦੋਨਾਂ ਦੇ ਵਿੱਚ ਨਰਮਾਦੀ 'ਚ ਕੀ ਦੇਖ ਕੇ ਲਾਉਣਾ ਚਾਹੀਦਾ ਤੇ ਜੋੜਾ ਤੇ ਉਹੀ ਲਾਏਗਾ ਨਾ ਜਿਹਨੂੰ ਇਲਮ ਹੋਏਗਾ ਮਗਰਾਂ ਨਾਲ ਲਾ ਲਓ ਕਬੂਤਰ ਨੇ ਇਹ ਕਿਸ ਬਰੀਡ ਦੇ ਕਬੂਤਰ ਨੇ ਚੂਹੇ ਵੈਸ਼ੀ ਤਾਰ ਵਾਲੇ ਕਬੂਤਰ ਹੋਏ ਨੇ ਇੱਕ ਮੇਰੀ ਜ਼ਿੰਦਗੀ ਜਾ ਸੋਚਿਆ ਕਬੂਤਰ ਉਹ ਚੂਹਾ ਵੈਸ਼ੀ ਸੀ ਚੂਹਾ ਵੈਸ਼ੀ ਸੀ ਇਹ ਦੋ ਕਰਾਸ ਹੈਗੇ ਸੀ ਇਹ 10 ਬੱਚੇ ਛੱਡੋਗੇ 10 ਬੱਚੇ ਛੱਡੋਗੇ 10 ਕਰਾ ਛੱਡੋਗੇ ਅੱਬਲ ਤਾਂ ਦਸਾਂ ਜੀ ਹੈਗਾ ਦਸਾਂ ਜੀ ਨਾ ਤਾਂ ਤੁਹਾਨੂੰ ਉਹਦਾ ਰਿਜ਼ਲਟ ਟੋਪ ਦਾ ਹੋਇਆ ਅੱਛਾ ਬਾਟ ਸਾਹਿਬ ਇੱਕ ਗੱਲ ਹੋਰ ਪਰਾਂ ਦੇ ਉੱਤੇ ਅਸੀਂ ਡਿਸਕਸ ਕਰ ਰਹੇ ਸੀ ਜਿਹੜੇ ਬਾਹਰ ਦੇ ਪਰ ਨੇ ਕਬੂਤਰਾਂ ਦੇ ਬਾਹਰ ਦੇ 5 ਪਰ ਨੇ ਤੁਹਾਡੇ ਮੁਤਾਬਕ ਇਹਨਾਂ ਦਾ ਕੀ ਫੰਕਸ਼ਨ ਹੈ ਪਰਾਂ ਦਾ ਉਹ ਤੁਹਾਡੇ ਦੇ ਪਰਾਂ ਦਾ ਉਹ ਤੁਹਾਡੇ ਦਾ ਕਰਵਾ ਦੇ ਕੇ ਬੰਦ ਕਰਦਾ ਜੇ ਤੁਹਾਡਾ ਦਾਣਾ ਪਾਣੀ ਦੁਕਾਨ ਬਣੇ ਉਹਦੇ ਪਰ ਰਜ਼ਾ ਖਰਾਬ ਹੋ ਜਾਣੀ ਅਗਰ ਰਜ਼ਾ ਬਿਲਕੁਲ ਠੀਕ ਨੇ ਬਾਹਰ ਦੇ ਪਰਾਂ ਦਾ ਪਰਾਂ ਦਾ ਹੀ ਦਖਲ ਹੈ ਬਾਹਰ ਦੇ ਪਰਾਂ ਦਾ ਵਰਕਿੰਗ ਕੀ ਹੈ ਕਬੂਤਰ ਦੀ ਉਡਾਰ ਦੇ ਵਿੱਚ ਡੁੱਬਣ ਲਈ ਹੈ ਨਹੀਂ ਬਾਹਰ ਦੇ ਪਾਰੀ ਤੇ ਲੈ ਕੇ ਉੱਡਦੇ ਨੇ ਉੱਡਣਾ ਦੇਖੋ ਜਹਾਜ਼ ਨੂੰ ਲੈ ਲਓ ਜਿਹੜੇ 5 ਪਰ ਨੇ ਜਾਂ ਬਾਹਰ ਦਾ 10ਵਾਂ 9ਵਾਂ 8ਵਾਂ 7ਵਾਂ ਇਹਦੀ ਵੈਸੇ ਤੁਹਾਨੂੰ ਕੀ ਸ਼ੇਪ ਪਸੰਦ ਹੈ 9ਵਾਂ ਲੰਬਾ 10ਵਾਂ 8ਵਾਂ ਬਰਾਬਰ ਜਾਂ ਇਸ ਤਰ੍ਹਾਂ ਕੀ ਤੁਸੀਂ ਲਾਈਕ ਕਰਦੇ ਸਰ ਮੁਖਤਲਿਫ ਚੀਜ਼ਾਂ ਨੇ ਉਹ 9ਵਾਂ 12 ਹੋਵੇ ਜ਼ਿਆਦਾ ਅੱਛਾ 8ਵਾਂ 10ਵਾਂ ਇਕੱਠੇ ਹੋਣ 8ਵਾਂ ਤੇ 10ਵਾਂ ਇਕੱਠੇ ਹੋਣ ਉਹ ਜਿਹੜਾ ਮੈਂ ਕਹਿਣ ਦਾ ਮਕਸਦ ਹੈ ਜ਼ੈਨ ਭਾਈ ਦੇਖੋ ਗੱਲ ਹੈਗੀ ਅੱਛਾ ਦੂਸਰੀ ਗੱਲ ਨਾਲੇ ਕੁਝ ਕਰਕੇ ਵੀ ਦਿਖਾਓ ਨਾ ਕਬੂਤਰਬਾਜ਼ੀ 'ਚ ਗੱਲਾਂ ਨਾ ਨਾ ਕਰੋ ਕੁਝ ਕਰਕੇ ਵੀ ਦਿਖਾਓ ਨਾ ਯਾਰ ਹੁਣ ਮੇਰੇ ਨਾਲ ਐਵੇਂ ਬਹਿ ਕੇ ਥੜਿਆਂ ਤੇ ਬਹਿ ਕੇ ਗੱਲਾਂ ਨਾ ਨਾ ਕਰੀ ਜਾਓ ਗੱਲਾਂ ਕੁਝ ਕਰਕੇ ਵੀ ਦਿਖਾਓ ਨਾ ਕੋਈ ਤੁਹਾਡਾ ਰਿਜ਼ਲਟ ਵੀ ਆਵੇ ਕੋਈ ਤੁਸੀਂ ਦੇਖੋ ਇੱਕ ਤੁਸੀਂ ਕ੍ਰਿਕਟ ਖੇਡਦੇ ਹੋ ਤੁਸੀਂ 100 ਕੱਢਦੇ ਮੈਂ 20 ਕਰਦਾ ਮੇਰਾ ਕੀ ਕੰਮ ਹੈ ਤੁਹਾਡੇ ਨਾਲ ਜਿਸ ਵੇਲੇ ਕਿਸੇ ਨੇ ਕੁਛ ਕਰਕੇ ਦਿਓ ਫਿਰ ਗੱਲਾਂ ਵੀ ਕਰ ਲਓ ਗੱਲਾਂ ਨਹੀਂ ਹੈ ਖੁੱਡ ਮੈਂ ਤੁਹਾਨੂੰ ਦੱਸ ਰਿਹਾ ਪਿਆ ਮੈਂ 53 ਸਾਲਾਂ ਨਾਲ ਤਪੱਸਿਆ ਇਬਾਦਤ ਕਰਾਂ ਰੱਖਿਆ ਮੈਂ ਲੰਡਨ ਅਮਰੀਕਾ ਛੱਡਿਆ ਇਹ ਕਬੂਤਰਾਂ ਦੇ ਸ਼ੌਕ ਤੇ ਤੁਹਾਡੇ ਸਾਹਮਣੇ ਅਲਹਮਦੁਲਿਲਾ ਉੱਡੇ ਨੇ ਤੁਹਾਡੇ ਸਾਹਮਣੇ ਤੁਸੀਂ ਸਾਡੀ ਟੀਮ ਨੂੰ ਜਾਣਦੇ ਵਰਲਡ ਚੈਂਪੀਅਨ ਹੈ ਵਰਲਡ ਚੈਂਪੀਅਨ ਬਣਾ ਦਿਓ ਨਾਲ ਅੱਛਾ ਲਾਹੌਰ ਦੇ ਵਿੱਚ ਕਬੂਤਰਬਾਜ਼ੀ ਨੂੰ ਤੁਸੀਂ ਕਿਸ ਸਾਈਡ 'ਤੇ ਜਾਂਦਾ ਦੇਖ ਰਹੇ ਹੋ ਲਾਹੌਰ ਦੀ ਕਬੂਤਰਬਾਜ਼ੀ ਲਾਹੌਰ ਦੀ ਕਬੂਤਰਬਾਜ਼ੀ ਬੜਾ ਅੱਛਾ ਸ਼ੌਕ ਵੱਧ ਗਿਆ ਅੱਛੇ ਲੋਕ ਆ ਗਏ ਨੇ ਦੇਖੋ ਇਹ ਲੋਕ ਮੇਰਾ ਦੋਸਤ ਨਿਜਾਬ ਹੈਦਰ ਜਿਹੜਾ ਬੇਸਿਕਲੀ ਮੇਰਾ ਦੋਸਤ ਹੈ ਉਹਦਾ ਹੱਥ ਵੀ ਗਿਆ ਪ੍ਰਮੋਟ ਕਰਨ ਜਦੋਂ ਤੁਸੀਂ ਤੁਹਾਡੀਆਂ ਮੀਡੀਆ 'ਚ ਫੋਟੋਆਂ ਆਉਣ ਤੁਹਾਡੀਆਂ ਰਸਾਲੀਆਂ 'ਚ ਫੋਟੋਆਂ ਆਉਣ ਅਤੇ ਫਿਰ ਤੁਹਾਡੇ ਘਰ 'ਚ ਵੀ ਫੋਟੋਆਂ ਦਿਖਾਈਆਂ ਜਾਂਦੇ ਫਿਰ ਉਹ ਸ਼ੌਕ ਪ੍ਰਮੋਟ ਹੋਏਗਾ ਸ਼ੌਕ ਦੇ ਹਵਾਲੇ ਨਾਲ ਕਬੂਤਰਬਾਜ਼ੀ ਦੇ ਹਵਾਲੇ ਨਾਲ ਜਿਹੜਾ ਦੌਰ ਹੈ ਹਾਜ਼ਰ ਜਾ ਰਿਹਾ ਤੁਹਾਡੀ ਲਾਹੌਰ 'ਚ ਕਿਹੜੇ ਪਲੇਅਰ ਨੂੰ ਤੁਸੀਂ ਸਪੋਰਟ ਕਰਦੇ ਹੋ ਜਾਂ ਕਿਹੜਾ ਪਲੇਅਰ ਐਸਾ ਹੈ ਜਿਹਨੂੰ ਤੁਸੀਂ ਕਹਿੰਦੇ ਹੋ ਯਾਰ ਬਹੁਤ ਅੱਛੀ ਗੇਮ ਕਰ ਰਹੇ ਮੁਖਤਲਿਫ ਨਾਮ ਨੇ ਕਾਫੀ ਜ਼ਿਆਦਾ ਅੱਛੇ ਕਬੂਤਰਬਾਜ਼ ਨੇ ਕਾਫੀ ਜ਼ਿਆਦਾ ਨਹੀਂ ਗੱਲ ਐਵੇਂ ਮੈਂ ਹੁਣ ਕਿਸੇ ਦਾ ਨਾਂ ਲਵਾਂ ਮੇਰੇ ਜਾਨ ਵਾਲੇ ਮੇਰੇ ਦੋਸਤ ਹੀ ਵੀ ਨੇ ਮੈਂ ਉਹਨਾਂ ਤੋਂ ਵੀ ਮੁਤਾਸਰ ਹੈ ਨਾਮ ਕਿੰਨਾ ਅਖਤਰ ਮੁਗਲ ਮਤ ਮਾਰਿਆ ਅੱਛਾ ਮਤ ਮਾਰਿਆ ਦੇਖੋ ਉਹਨਾਂ ਨੇ ਕੁਛ ਕਰਕੇ ਦਿਖਾਇਆ
ਪਿਛਲੇ 10-15 ਸਾਲ ਦਾ ਰਿਕਾਰਡ ਕਰ ਲਓ, ਦੇਖੋ ਜਿਹੜਾ ਕਿਸੇ ਨੂੰ ਐਪਰੀਸ਼ੀਏਟ ਨਾ ਕਰੇ। ਦੇਖੋ ਸਰ, ਅਸੀਂ ਤੇ ਖੁਦ ਮੈਰਾ ਤੇ ਇੰਟਰਵਿਊ ਸਟਾਰਟ ਹੀ ਉੱਥੇ ਉਸ ਬੰਦੇ ਤੋਂ ਹੁੰਦਾ ਜਿਹੜਾ ਕੁਝ ਕਰ ਰਿਹਾ ਹੋਵੇ, ਕੁਝ ਰਿਜ਼ਲਟ ਦਿਖਾ ਰਿਹਾ ਹੋਵੇ, ਕੋਈ ਪਰਫਾਰਮੈਂਸ ਨਾ ਲੱਗੇ ਹੋਵੇ। ਨਹੀਂ, ਮੁੱਲਾ ਤਾਰਾ ਲੈ ਮੇਰਾ ਦੋਸਤ ਹੈ, ਬੜਾ ਅੱਛਾ, ਬੜਾ ਅੱਛਾ ਕਬੂਤਰਬਾਜ਼ ਹੈ, ਉਹਨੇ ਵੀ ਪ੍ਰਮੋਟ ਕੀਤਾ ਇਹਦੀ ਗੱਲ। ਲਿਲਿਆਨੀ ਗਰੁੱਪ ਦੇ ਮੈਂ ਇਹ ਨਹੀਂ ਪਸੰਦ ਕਰਦਾ ਦੋਸਤੀ ਯਾਰੀ ਮੁਬਸ਼ਰ ਖੋਕਰ, ਉਹਦੀ ਬੜੀ ਅੱਛੀ ਕਬੂਤਰਬਾਜ਼ੀ। ਲੇਕਿਨ ਕਹਿਣ ਦਾ ਮਕਸਦ ਹੈਗਾ ਕਿ ਤੁਸੀਂ ਮਿਹਨਤ ਕਰਨੀ ਹੈ ਸਰ, ਮਿਹਨਤਾਂ ਨਾਲ ਉੱਠਦੇ ਰਹੇ। ਮੈਂ 22 ਸਾਲ ਪਹਿਲੇ ਮੈਂ ਰੱਖੇ ਨਹੀਂ ਡੈਡੀ, ਕਿਉਂਕਿ ਮੈਨੂੰ ਕਿਸੇ ਨੇ ਕਿਹਾ ਯਾਰ, ਮੈਂ ਕਿਹਾ ਯਾਰ ਕਲਾਕਾਰ ਕਿਸੇ ਦੀ ਕਾਪੀ ਨਹੀਂ ਕਰਦਾ। ਅੱਛਾ, ਹੁਣ ਮੈਨੂੰ ਕੋਈ ਐਸਾ ਕਬੂਤਰ ਦਿਖਾਓ ਆਪਣੀ ਬਰੀਡ ਦਾ, ਹਾਂ, ਜਿਹੜਾ ਮੈਂ ਦੋਸਤਾਂ ਨੂੰ ਵੀ ਦਿਖਾਵਾਂ ਅਤੇ ਉਹਨਾਂ ਨੂੰ ਦੇਖ ਕੇ ਮਜ਼ਾ ਵੀ ਆਏ ਅਤੇ ਯਾਦਗਿਰੀ ਵੀ ਰਹੇ। ਮੀਆਂ ਸਾਹਿਬ, ਉੱਥੇ ਉਹੀ ਸਾਈਡ ਦਾ ਲਾਲ ਬਟਨ ਜ਼ਰਾ ਦਬਾ ਲਓ ਜੋ ਕਬੂਤਰ ਆਏਗਾ। ਜੀ ਦੋਸਤੋ, ਵਟਸਐਪ ਦੇ ਪਿਆਰ ਵਾਲੇ ਕਬੂਤਰ ਮੀਆਂ ਸਾਹਿਬ ਇੱਧਰ ਚਾਹੇ ਰੱਖ ਦਿਓ ਉਧਰ, ਅਤੇ ਇਹਦਾ ਅੱਖ ਦਾ ਸ਼ੌਕ ਕਰਾਓ। ਕਲੋਜ਼ ਕਰੋ। ਦੂਰ ਕਰੋ। ਸਾਰਾ ਕੁੰਦਾ ਆ ਰਿਹਾ ਪਰ ਤੁਸੀਂ ਆਪ ਹੀ ਸਮਝਦਾ ਦੇਖੋ ਉਹਨਾਂ ਦੇ ਪਰ। ਤੁਸੀਂ ਕੋਈ ਗੁਰ ਦੀ ਗੱਲ ਪਰਾਂ ਦੇ ਬਾਰੇ ਦੱਸ ਨਹੀਂ ਰਹੇ ਕਿ ਦੋਸਤਾਂ ਨੇ ਜੋੜਾ ਲਾਣਾ ਇੱਕ ਪਰ ਕਿੱਥੇ ਕਿੱਥੇ ਕੀ ਹੋਣਾ ਚਾਹੀਦਾ। ਕੋਈ ਦੋ ABC ਦੀ ਗੋਲੀ ਗੋਲਾ ਦੀ ਨਾ ਚਰਾਗ ਤੇ ਹੈਗਾ ਨਹੀਂ। ਲਓ ਜੀ, ਮਾਸ਼ਾਅੱਲਾ ਕਬੂਤਰ ਦੇਖੋ। ਜੀ ਸਰ, ਵਟਸਐਪ ਦਾ ਦੂਸਰਾ ਕਬੂਤਰ, ਪਹਿਲੇ ਦਾ ਵੀ ਤੁਸੀਂ, ਇਹ ਕਿਹੜੀ ਬਰੀਡ ਹੈ ਸਰ? ਸਰ ਇਹ 3-4 ਬਰੀਡਾਂ ਨਾਲ ਬਣੀ ਹੈ। ਦੂਰ ਕਰੋ ਜੀ। ਮਾਸ਼ਾਅੱਲਾ, ਤੁਸੀਂ ਆਪ ਹੀ ਕਬੂਤਰ ਪਾ ਦਿਓ। ਤੁਸੀਂ ਦੇਖੇ ਤਾਂ ਇਹਨਾਂ ਦਾ ਬਦਨ ਫੜ ਕੇ ਵੀ ਦੇਖਿਆ, ਜੋਰ ਹੈ ਡੀਵੀ, ਤੁਸੀਂ ਜੋ ਵੀ ਦੇਖਿਆ, ਔਰ ਸਿਰ ਦੇਖੋ ਕਬੂਤਰ, ਸਰਦਾਰਾਂ ਵਾਲਾ ਸਿਰ। ਲਓ ਜੀ, ਮਾਸ਼ਾਅੱਲਾ, ਅਰੇ ਭੈਣ ਭਰਾ ਹਲਫਨ ਜੇਲ੍ਹ 'ਚ ਬਚੇ ਆ ਰਹੇ, ਮਾਸ਼ਾਅੱਲਾ ਹਲਫਨ। ਔਰ ਬਟ ਸਾਹਿਬ, ਮੈਨੂੰ ਇਹ ਦੱਸੋ, ਕਿਸੇ ਨੂੰ ਨਹੀਂ ਪਤਾ ਯਾਰ, ਕਿਸੇ ਨੂੰ ਕੀ ਸਮਝਾਵਾਂ ਯਾਰ। ਮੀਆਂ ਕਰ ਕਲੋਜ਼। ਇਹਨਾਂ ਦੀਆਂ ਦੁਮਾਂ ਚਿੱਟੀਆਂ ਨੇ ਜੀ, ਦੀ ਦੁਬਾਂ ਚਿੱਟੀਆਂ ਨਹੀਂ ਹੁੰਦੀਆਂ ਇਹ ਬਣਾਉਣੇ ਨੇ ਯਾਰ, ਤੁਸੀਂ ਛੱਡਦੇ ਇਹਦੇ ਨਾਂ ਰੱਖੇ ਨੇ ਨਾ, ਟੈਡੀ ਵਾਲੇ ਦੇ ਲਾਲ ਹੋਣ ਯਾਰ, ਟੈਡੀ ਦੇ ਉਹਦਾ ਅਸੀਂ ਟੈਡੀ ਕਬੂਤਰ ਨਸਲ ਦੇ ਨਹੀਂ ਨਾ ਗੇ, ਤਾਰ ਵਾਲੇ ਕਿਹੜੇ, ਤਾਰ ਦੇ ਕਬੂਤਰ ਬੈਠਾ ਤੇ ਤਾਰ ਵਾਲੇ ਨਾਂ ਬਣ ਗਏ, ਪਿੱਛੇ ਤੇ ਚੂਹਾ ਦੇ ਵੈਸ਼ੀ ਸੀ ਇਹ ਨਾਂ ਇੱਕ ਮੱਗਰ ਕਬੂਤਰ ਕਮਾਨਗਰ ਫੈਮਿਲੀ ਸੀ ਉਹ ਤੇ। ਅੱਛਾ ਜੀ, ਬਟ ਸਾਹਿਬ, ਆਪਣਾ ਮੈਸੇਜ ਕੀ ਕਰ ਦੇਣਾ ਚਾਹੋਗੇ ਸ਼ਾਇਕੀਨ ਕਬੂਤਰ ਪਰਵਰੀ ਨੂੰ, ਕਬੂਤਰਬਾਜ਼ੀ ਦੇ ਹਵਾਲੇ ਨਾਲ? ਕੀ ਇਹਦੇ ਤੁਸੀਂ ਨੁਕਸਾਨ ਦੇਖੇ ਔਰ ਕੀ ਇਹਦੇ ਫਾਇਦੇ ਨੇ, ਤੇ ਸਾਨੂੰ ਕੀ ਕਰਨਾ ਚਾਹੀਦਾ? ਉਮਰ ਦਾ ਤੁਸੀਂ ਮਨ ਪਸੰਦ ਸ਼ੋਗੇ, ਔਰ ਬੜਾ ਮੈਂ ਕਬੂਤਰਬਾਜ਼ੀ ਦਾ, ਸਭ ਤੋਂ ਪਹਿਲੇ ਸਾਰੇ ਕਬੂਤਰਬਾਜ਼ ਭਾਈਆਂ ਦਾ ਸ਼ੁਕਰੀਆ ਅਦਾ ਕਰਨਾ, ਜ਼ੈਨ ਭਾਈ ਦਾ ਖਾਸ ਕਰ, ਜਿਨ੍ਹਾਂ ਨੇ ਮੇਰੇ ਲਈ ਕੋਈ ਦੁਆ ਕੀਤੀ ਹੈ, ਸ਼ਾਇਦ ਉਸ ਦੁਆ ਦੀ ਵਜ੍ਹਾ ਮੈਂ ਬੋਲਣ ਦੇ ਕਾਬਲ ਹੋਇਆ। ਮੈਂ ਸਭ ਕਬੂਤਰਬਾਜ਼ ਦਾ ਹੱਥ ਜੋੜ ਕੇ ਅੱਲਾ ਦੀ ਕਿਸਮ, ਉਹਨਾਂ ਦੀ ਮਿਹਰਬਾਨੀ ਜ਼ੈਨ ਭਾਈ ਦੀ, ਸਭ ਸਭ ਭਾਈਆਂ ਨੇ ਮੇਰੇ ਲਈ ਦੁਆ ਕੀਤੀ ਹੈ, ਮੈਂ ਤੁਹਾਡਾ ਬਹੁਤ ਸ਼ੁਕਰ ਗੁਜ਼ਾਰ ਹਾਂ। ਸਾਰੇ ਕਬੂਤਰਬਾਜ਼ ਭਾਈਆਂ ਲਈ ਹੈਗਾ ਕਿ ਇੱਕ ਦੂਸਰੇ ਨੂੰ ਐਪਰੀਸ਼ੀਏਟ ਕਰੋ, ਬੁਝਾ ਕੇ ਉਹਦੇ 'ਚ ਨੁਕਸ ਕੱਢੋ, ਨਹੀਂ 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 ਅਤੇ ਆਪਣੀਆਂ ਤਰੀਫਾਂ ਘੱਟ ਕਰਾਉਣੀਆਂ ਸ਼ੁਰੂ ਕਰੋ। ਮੈਨੂੰ ਤੁਸੀਂ ਤਰੀਫਾਂ ਕਰੋ, ਮੈਂ ਫੋਰਨ ਤੁਹਾਨੂੰ ਮਨਾ ਕਰਦਾ ਗਾ ਜ਼ੈਨ ਭਾਈ, ਇਹ ਕੁਛ ਨਾਲ ਕਬੂਤਰਬਾਜ਼ੀ ਤੁਹਾਨੂੰ ਪਤਾ ਘੁੰਮਾਉਂਦਾ ਹੀ ਇੱਥੇ ਕਿਸੇ ਨੂੰ, ਦਸ ਦਫ਼ਾ ਉਡਾ ਕੇ ਦਿਓ, ਇੱਕ ਦਫ਼ਾ ਨਹੀਂ ਉੱਡੇ ਤਾਂ ਸਾਰਾ ਖਾਣਾ ਖਰਾਬ ਕਰ ਦਿੰਦੇ ਨੇ। ਲੇਕਿਨ ਉਹਨਾਂ ਦੀ ਯਾਰ 15 ਸਾਲ ਤੋਂ ਯਾਰ ਉਹ ਵਸੂ ਦੇ ਕੱਪ ਸਾਰੇ ਕੱਪ ਹੀ ਜਿੱਤੇ ਜਾਂਦੇ ਨੇ, ਤੂੰ ਮੈਂ ਮੇਰੇ ਕੋਲ ਇਹਦੇ ਨੀ, ਮੇਰੇ ਦੋਸਤ ਨੇ, ਅੱਛੇ ਦੋਸਤ ਨੇ ਮੇਰੇ ਦੋਸਤਾਂ ਭਈਆਂ ਦੇ,
ਤੇ ਕਹਿਣ ਦਾ ਮਕਸਦ ਮੈਂ ਤਾਂ ਤੇ ਅਪਰੀਸ਼ੀਏਟ ਉਹਨਾਂ ਨੂੰ ਕਰੇ ਮੈਂ ਉਹਨਾਂ ਤਾਰੀਫਾਂ ਕੀ ਤਾਰੀਫ ਤੇ ਫਿਰ ਗੱਲ ਖੁਦਾ ਦੀ ਔਰ ਤਾਂ ਆਪਾਂ ਕਿਤੇ ਛੱਡ ਦਿਓ ਹਾਂਜੀ ਲੇਕਿਨ ਇਹ ਹੈ ਕਿ ਮੈਂ ਤੁਹਾਨੂੰ ਦੱਸਦਾ ਅਲਹਮਦੁਲਿਲਾ ਮੇਰੇ ਨਾਲ ਵਾਚਿੰਗ ਵਿਊਜ਼ 10-10 ਲੱਖ ਬੰਦਾ ਵੀਡੀਓ ਦੇਖਦਾ ਔਰ ਅਲਹਮਦੁਲਿਲਾ ਮੈਂ ਇਹ ਗੱਲ ਠੋਕ ਕੇ ਆਪਣੇ ਪੂਰੇ ਵਸੂਖ ਨਾਲ ਕਹਿ ਸਕਦਾ ਕਿ ਅਲਹਮਦੁਲਿਲਾ ਅਸੀਂ ਅੱਜ ਤੱਕ ਜਿੰਨਾ ਸ਼ੌਕ ਕਰਾਇਆ ਉਹਦੇ 'ਚ ਦੋਸਤਾਂ ਨੂੰ ਫਾਇਦਾ ਹੋਇਆ ਹੋਏਗਾ ਕਿਸੇ ਦਾ ਦਿਲ ਨਹੀਂ ਦੁਖਿਆ ਹੋਏਗਾ ਕਿਸੇ ਨੂੰ ਸਾਡਾ ਮਕਸਦ ਇਹ ਨਹੀਂ ਹੁੰਦਾ ਇਹਨੂੰ ਉੱਪਰ ਕਰ ਦਿਓ ਨੀਚੇ ਕਰ ਹਾਂ ਇਹ ਕਬੂਤਰ ਐਸੇ ਨਹੀਂ ਤੁਹਾਡੇ ਕੋਲ ਮੈਂ ਵੀ ਲੈ ਕੇ ਗਿਆ ਹਾਂ ਹਾਂਜੀ ਮੈਂ ਵੀ ਜਾ ਕੇ ਸਾਰਿਆਂ ਦੇ ਵਿੱਚ ਲਾਏ ਲੇਕਿਨ ਕਹਿਣ ਤੋਂ ਮੁਰਾਦ ਮੈਂ ਜਿਸ ਬੰਦੇ ਤੋਂ ਵੀ ਤੁਹਾਡਾ ਪੁੱਛਿਆ ਉਹਨਾਂ ਨੇ ਕਿਹਾ ਕਬੂਤਰ ਵੀ ਡਿਫਰੈਂਟ ਨੇ ਤੇ ਬੰਦਾ ਵੀ ਡਿਫਰੈਂਟ ਅਲਹਮਦੁਲਿਲਾ ਔਰ ਮਿਹਰਬਾਨੀ ਹਾਂ ਤੇ ਕੌਣ ਕਹਿੰਦਾ ਜੀ ਕੌਣ ਕਹਿੰਦਾ ਤੇ ਅੱਲਾਹ ਤਾਲਾ ਔਰ ਆਈ ਐਮ ਵੈਰੀ ਥੈਂਕਫੁਲ ਟੂ ਯੂ ਆਈ ਲਵ ਯੂ ਯਾਰ ਥੈਂਕ ਯੂ ਇਨਸ਼ਾਅੱਲਾ ਤੇ ਗੱਲ ਇਹ ਦੈਟ ਪਰਸਨ ਜਿਹਨੇ ਇਹ ਲਫ਼ਜ਼ ਕਹੇ ਤੋ ਗੱਲ ਇਹ ਮੈਂ ਜਿਹਨੂੰ ਵੀ ਕਿਹਾ ਮੈਂ ਜਿਹਨੂੰ ਵੀ ਕਿਹਾ ਮੈਂ ਤੁਹਾਡੀ ਫੋਟੋ ਲਾ ਕੇ ਥੱਲੇ ਦੁਆ ਲਿਖੀ ਕਿ ਦੋਸਤਾਂ ਨੂੰ ਕਿਹਾ ਦੁਆ ਕਰੋ ਤੋ ਥੱਲੇ ਇੰਨੇ ਕਮੈਂਟ ਸੀ ਉਹ ਸਾਰੇ ਬੰਦਿਆਂ ਨੇ ਕਿਸੇ ਨੇ ਕੁਛ ਤੁਹਾਡੇ ਲਈ ਅੱਛਾ ਬੋਲਿਆ ਕਿਸੇ ਨੇ ਕੁਛ ਅੱਛਾ ਲਿਖਿਆ ਸਰ ਇੱਕ ਜ਼ਿੰਦਗੀ ਤੁਸੀਂ ਗੁਜ਼ਾਰੀ ਇੱਕ ਵਕਤ ਇੱਕ ਟਾਈਮ ਦਿੱਤਾ ਇਸ ਚੀਜ਼ ਨੂੰ ਇੱਕ ਪ੍ਰੋਫੈਸ਼ਨ ਨੂੰ ਤੇ ਹੁਣ ਤੁਸੀਂ ਹੁਣ ਉਮਰ ਦੇ ਜਿਸ ਹਿੱਸੇ 'ਚੋਂ ਅਸੀਂ ਤਾਂ ਤੁਹਾਨੂੰ ਲੋਕਾਂ ਨੂੰ ਹੀ ਫੋਲੋ ਕਰਨਾ ਤੁਹਾਡੇ ਕੋਲ ਹੀ ਸਿੱਖਣਾ ਤੁਹਾਡੇ ਕੋਲ ਹੀ ਪੁੱਛਣਾ ਤੇ ਥੈਂਕ ਯੂ ਵੈਰੀ ਮਚ ਬਹੁਤ ਸ਼ੁਕਰੀਆ ਸਰ ਤੁਹਾਡਾ ਟਾਈਮ ਦਿੱਤਾ ਤੁਸੀਂ ਥੈਂਕ ਯੂ ਵੈਰੀ ਮਚ ਔਰ ਬੜੇ ਅੱਛੇ ਕਬੂਤਰ ਆਰਟੀ ਜੀ ਆਇਆ ਵੀ ਵੈਰੀ ਥੈਂਕਫੁਲ ਟੂ ਯੂ ਆਰਟੀ ਥੈਂਕ ਯੂ ਲੋ ਸਰ ਸਾਰੇ ਦੋਸਤਾਂ ਨੂੰ ਉਮੀਦ ਹੈ ਮਜ਼ਾ ਆਇਆ ਹੋਵੇਗਾ ਤੇ ਵਟਸਐਪ ਬੜੇ ਪਿਆਰੇ ਸਾਡੇ ਦੋਸਤ ਨੇ ਸਾਡੇ ਬਜ਼ੁਰਗ ਨੇ ਔਰ ਬੜਾ ਅੱਛਾ ਸਾਡੇ ਨਾਲ ਇਹਨਾਂ ਦਾ ਵਕਤ ਗੁਜ਼ਰਦਾ ਇਹਨਾਂ ਨੂੰ ਮੈਂ ਛੇੜਦਾ ਵੀ ਰਹਿੰਦਾ ਇਹਨਾਂ ਨੂੰ ਜੋ ਦਿਲ ਕਰੇ ਇਹਨਾਂ ਨੂੰ ਕਈ ਦਾ ਸ਼ੁਗਰ ਮੇਲਾ ਵੀ ਲਾਈਦਾ ਲੇਕਿਨ ਇਹ ਬਜ਼ੁਰਗਾਂ ਵਾਲਾ ਪਿਆਰ ਸਾਡੇ ਨਾਲ ਰੱਖਦੇ ਨੇ ਸ਼ਫਕਤ ਰੱਖਦੇ ਨੇ ਤੇ ਇਨਸ਼ਾਅੱਲਾ ਤਾਲਾ ਇਸੇ ਤਰ੍ਹਾਂ ਦੀ ਕੋਈ ਹੋਰ ਨੈਕਸਟ ਕੋਈ ਐਸੀ ਸ਼ਖਸੀਅਤ ਜਿਹਦਾ ਜਿਹਦੇ ਤੋਂ ਅਸੀਂ ਮੁਤਾਸਰ ਹੋਵਾਂਗੇ ਜਿਹਦੇ ਤੋਂ ਅਸੀਂ ਕੁਝ ਸਿੱਖਾਂਗੇ ਇਨਸ਼ਾਅੱਲਾ ਤੁਹਾਨੂੰ ਵੀ ਨਾਲ ਲਵਾਂਗੇ ਔਰ ਤੁਹਾਨੂੰ ਵੀ ਕਬੂਤਰਾਂ ਦੇਖ ਲਓ ਪੜ ਕਿਸੇ ਦਾ ਨੱਕ ਬਹੁਤ ਸ਼ੁਕਰੀਆ ਜੀ ਅੱਲਾਹ ਹਾਫਿਜ਼